दो धिर विचाले होया आपसी विवाद, किसान के पक्ष आया सारा पिंड, थाने के बाहर लोगों ने किया भारी इकट्ठ। डेलो के नेड़ले पिंड खटड़ा चौहारम जिथे दे गुरदाल सिंह नामक किसान के पक्ष में सारा पिंड इकट्ठा हो गया है। दसा जाता है कि इन्हों लोगों के वलों इस चीज़ की मांग की जा रही है कि पिछले दिन ही गुरदाल सिंह और उसके पुत्रां की लड़ाई अमरीक सिंह नामक व्यक्ति नाल हो गई, जिस दौरान उसके दो बंदे गंभीर फटड़ हो गए और अमरीक सिंह जख्मी हो गया। आखिरकार जो ये मामला थाने पहुंचा तो डेलो पुलिस के वलों गुरदाल सिंह उसके पुत्रां उत्ते होर धाराओं तो अलावा एससी एक्ट तहत कार्रवाई की गई, जिसका गुरदाल सिंह पिंड वासियों ने सख्त विरोध किया है। गुरदाल सिंह उसके समर्थकों के वलों थाने के बाहर भारी इकट्ठ किया गया है। कहा जाता है कि पुलिस के उत्ते झूठा एससी एक्ट लाने के भी दोष लगाए गए हैं, जिस तों बाद गुरदाल सिंह उसके समर्थकों का की कहना है यह भी सुनो। की कारण होगा? इहदा कारण यह है जी, जिहड़ा इह अपने साडे लड़ाई हो गई सीगी जी, अपनी किहदी किहदी लड़ाई होई आ? अमरीक सिंह उहनां दी जी, हो रहे सी काफ़ी बंदे। हाँ जी। ते साडे बंदे सीगे अपने जगजीत सिंह सतवंत तोणी जी। अच्छा जी, किस नूं लै के लड़ाई होई सी? वो लड़ाई यह जी, इन्हों ने कोई मशीनरी नुकस पै गया ही, नेरा हो गया सी जी। इन्हों ने नेरे दे विच जदों अपने बच्चे ट्रालियां लैके आए जी, घेर ले, जदों घेरे जी इन्हां ने फिर मसां बच के आ गए जी। घेरे किने किने जी? ये अमरीक उणी दे होर बहुत सीगे जी बंदे, ये काफ़ी बंदे सी। अच्छा जी। हाँ जी, उन्हां ने घेर लिया, फिर ये मसां बच के आए ने जी। फिर इन्हां ने 100 नंबर ते फोन भी करिया जी असीं। अच्छा। आके वो आ गए जी, वो कहिंदे भी अपने तुसीं इलाज करा दो जी। उन्हां दे इक बंदे दे सट लगी, साढ़े दो दे लगी आ बहुत सट्टा। अच्छा जी। ते वह फिर पुलिस वाले आके वह कह गए जी भी तुसीं अपना हुण इलाज कराओ, फिर सवेरे गल करांगे जी। ते उस तों बाद जी इन्हां ने आपका परचा देता, साड़ी कोई सुनवाई नहीं हो रही। असं ये मांग करते हैं भी साडा इंसाफ सानू मिलना चाहिए जो भी हुई है, जो भी महकमा इन्हां दा तुहाडे कहण दा मतलब तुहाडे दो बंदियां दे सट्टां लगियां ने? साडे दो बंदियां दे सट्टां लगियां ने। दूसरी पार्टी दे? इक दे लगी है जी। दूसरा होर ਪਰ ਪੜ੍ਹ ਕੇ ਸਾਨੂੰ ਪਤਾ ਲੱਗਿਆ ਵੀ ਸਾਡੇ 'ਤੇ ਹੋਰ ਧਰਾਵਾਂ ਜਾਤ ਦੀਆਂ ਜਾਂ ਹੋਰ ਲਾ ਰਹੇ ਨੇ ਜੀ, ਜਦੋਂ ਕਿ ਸਾਡਾ ਇਹ ਕੋਈ ਇਹੋ ਜਿਹੀ ਗੱਲ ਨਹੀਂ ਜੀ, ਕੋਈ ਇਹੋ ਜਿਹੀ ਨਹੀਂ। ਸਾਡਾ ਤਾਂ ਪਰਿਵਾਰਕ ਸਾਂਝ ਆ ਜੀ, ਕੋਈ ਅਸੀਂ ਗੁਰਸਿੱਖ ਭਰਾ ਹਾਂ, ਕੋਈ ਅਸੀਂ ਨਾ ਕਹਿ ਸਕਦੇ ਹਾਂ ਨਾ ਬੋਲਿਆ, ਅਸੀਂ ਇਸ ਤਰ੍ਹਾਂ ਦੀ ਕੋਈ ਕਦੇ ਗੱਲ ਨਹੀਂ ਹੋਈ ਜੀ। ਵੱਡੀ ਪਰਿਵਾਰ ਨੇ, ਇੱਕ ਪਿੰਡ ਦੇ ਪਰਿਵਾਰ ਆ ਜੀ, ਉਹ ਐਸੀ ਦਾ ਕੋਈ ਗੱਲ ਨਹੀਂ ਜੀ। ਉਹਨਾਂ ਨੇ ਕੋਈ ਰੰਜਸ ਨਾ ਕਿ ਮੋਟਰਸਾਈਕਲ ਅਸੀਂ ਰੋਕਿਆ ਸੀ ਉਹ ਕਰਿਆ, ਕੋਈ ਇਹੋ ਜਿਹੀ ਗੱਲ ਨਹੀਂ ਕਿ ਜੀ। ਹਾਂਜੀ, ਇਹਨਾਂ ਨੇ ਕੋਈ ਰਾਂਝਸ ਰੱਸੀ, ਉਹੀ ਰਾਂਝਸ ਨਾ ਇਹਨਾਂ ਨੇ ਜਾਣੀ ਸਾਡੇ 'ਤੇ ਵਿਉਂਤਬੰਦੀ ਬਣਾ ਕੇ ਰਾਤ ਨੂੰ ਹਮਲਾ ਕਰਿਆ। ਸਾਡੇ ਕੋਈ ਚਿੱਤ ਚਿੱਤੇ ਨਹੀਂ ਸੀਗਾ ਜੀ ਇਹ ਗੱਲ ਦਾ। ਬਾਅਦ ਛੇ ਤੇ ਹਾਂ ਅਸੀਂ 100 ਕੈਮਰੇ ਕਢਾਏ ਜਾਣ ਜੀ ਵੀ ਕਿਹੜੇ ਸੀਗੇ ਜਿੰਨੇ ਇਹ ਵੀ ਇਕੱਠ ਕਰਿਆ ਸੀ, ਸ਼ਸਤਰ ਕਰੇ ਚੱਕੀ ਫਿਰਦੇ ਜਿੰਨੇ ਇਹ ਸੀ, ਦਰਾਂ ਤੱਕ ਆਏ ਨੇ ਜੀ, ਉਹ ਵੀ ਕੱਢੇ ਜਾਣ। ਅਤੇ ਅਸੀਂ ਤਾਂ ਗੌਰਮੈਂਟ ਤੋਂ ਇਹੀ ਕਹਿੰਦੇ ਹਾਂ ਵੀ ਕੋਈ ਜਾਤੀ ਜਾਂ ਕੋਈ ਇਸ ਤਰ੍ਹਾਂ ਨਹੀਂ, ਜੋ ਤੱਕੜੀ ਵਾਂਗੂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਣਿਆ ਜਾਵੇ। ਅਸੀਂ ਇਹ ਮੰਗ ਕਰਦੇ ਹਾਂ ਸਰਕਾਰ, ਜੋ ਸੱਚ ਆ ਸੱਚੇ ਨਿਬੇੜਿਆ ਜਾਵੇ ਬਸ। ਅਸੀਂ ਕੋਈ ਇੱਧਰ ਧਾਰਾ ਇਨਸਾਫ ਦਿੱਤਾ ਵੇ, ਕੋਈ ਇੱਕ ਦੂਜੇ ਦੇ ਦਵਾ 'ਚ ਕੋਈ ਕਿਸੇ 'ਤੇ ਕੋਈ ਧਾਰਾ ਨਾ ਲਾਈ ਜਾਵੇ ਕਿਸੇ 'ਤੇ ਵੀ, ਨਾ ਸਾਡੇ 'ਤੇ ਨਾ ਉਹਨਾਂ 'ਤੇ। ਉਹ ਮਤਲਬ ਕਹਿ ਰਹੇ ਆ ਸਾਨੂੰ ਜਾਤੀ ਸੂਚਕ ਧਾਰਾ ਲੱਗਣੀ ਚਾਹੀਦੀ ਇਹਨਾਂ ਦੇ ਖਿਲਾਫ਼, ਜਦੋਂ ਕਿ ਇੱਦਾਂ ਦੀ ਕੋਈ ਗੱਲ ਹੋਈ ਨਹੀਂ, ਸਾਰੇ ਪਿੰਡ ਵਾਸੀ ਖੜ੍ਹੇ ਆ, ਸਾਰਿਆਂ ਤੋਂ ਪੁੱਛਿਆ ਜਾ ਸਕਦਾ। ਦੂਜੇ ਪਾਸੇ ਜਦ SHO ਡੈਲੋ ਦੇ ਨਾਲ ਇਸ ਮਾਮਲੇ ਦੇ ਸੰਬੰਧੀ ਪੂਰੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸ਼ਿਕਾਇਤ ਸੰਬੰਧੀ ਅਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਨੂੰ ਲੈ ਕੇ ਕੀ ਗੱਲਾਂ ਕਹੀਆਂ ਨੇ ਇਹ ਵੀ ਸੁਣੋ। ਖਟੜੇ ਪਿੰਡ 'ਚ ਝਗੜਾ ਹੋਇਆ ਸੀ, ਜਿਹਦੇ ਵਿੱਚ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਜਿਹੜੇ ਅਮਰੀਕ ਸਿੰਘ ਆ ਇਹ ਸਿਵਲ ਹੋਸਪਿਟਲ ਲੁਧਿਆਣੇ ਜ਼ਖਮੀ ਹੈਗੇ ਅਤੇ ਕਾਰਵਾਈ ਕੀਤੀ ਜਾਵੇ। ਅਸੀਂ ਫਿਰ ਜਾ ਕੇ ਇਹਨਾਂ ਦੇ ਉੱਥੇ ਕੀ ਕਹਿੰਦੇ ਕੰਡੀਸ਼ਨ ਦੇਖੀ ਅਤੇ ਇਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਜੋ MLR ਦਾ ਜੋ ਰਿਪੋਰਟ ਆਈ ਸੀ ਉਹਦੇ ਮੁਤਾਬਕ ਇਨੀਸ਼ੀਅਲ ਸਟੇਜ 'ਚ ਪਰਚਾ ਦਰਜ ਕਰਤਾ ਸੀਗਾ। ਜੋ ਇਹ ਪਰਚਾ ਉੱਥੇ ਗੁਰਦਿਆਲ ਸਿੰਘ ਆ ਖਟੜੇ ਦੇ ਰਹਿਣ ਵਾਲੇ, ਉਹਨਾਂ ਦੇ ਜਿਹੜੇ ਬੇਟੇ ਆ ਜੀਤਾ ਅਤੇ ਸੰਤੂ, ਪਲੱਸ ਇਹਨਾਂ ਦੇ ਗਾਂਹ ਰਿਸ਼ਤੇਦਾਰ ਹੈਗੇ ਗੁਰਪ੍ਰੀਤ ਪੋਪੀ ਅਤੇ ਇੱਕ ਪੋਪੀ ਦਾ ਕੋਈ ਸਾਲ ਆ, ਅਤੇ ਇੱਕ ਇਹਨਾਂ ਦਾ ਜਿਹੜਾ ਇੱਕ ਡਰਾਈਵਰ ਸੀ ਕ੍ਰਿਸ਼ਨ। ਇਹਨਾਂ ਨੇ ਜਿਹੜੇ ਕੰਪਲੇਨੈਂਟ ਆ ਅਮਰੀਕ ਸਿੰਘ, ਇਹਨਾਂ ਨੇ ਐਲੀਗੇਸ਼ਨ ਲਾਇਆ ਸੀ ਕਿ ਇਹ ਜਿਹੜੀ ਦੂਜੀ ਧਿਰ ਇਹਨਾਂ ਨੇ ਟਰੈਕਟਰ ਟਰਾਲੀ ਬੜੀ ਹੀ ਰਫ਼ਤਾਰ ਨਾਲ ਉੱਥੋਂ ਕੱਢਿਆ, ਜੋ ਇਹਨਾਂ ਦਾ ਡਰਾਈਵਰ ਸੀਗਾ ਕ੍ਰਿਸ਼ਨ ਉਹਨੂੰ ਸਮਝਾਇਆ ਕਿ ਗੱਡੀ ਥੋੜ੍ਹੀ ਸਲੋਅ ਚਲਾਓ। ਇਹਨਾਂ ਨੇ ਐਲੀਗੇਸ਼ਨ ਇਹ ਲਾਇਆ ਕਿ ਉਸ ਤੋਂ ਬਾਅਦ ਇਹ ਸਾਰਾ ਪਰਿਵਾਰ ਆ ਜਿਹੜੇ ਗੁਰਦਿਆਲ ਸਿੰਘ ਦੇ ਲੜਕੇ ਅਤੇ ਗਾਂਹ ਦੋ ਇਹਨਾਂ ਦੇ ਰਿਸ਼ਤੇਦਾਰ ਹੋ, ਉਹਨਾਂ ਨੇ ਤੈਸ਼ ਵਿੱਚ ਆ ਕੇ ਇੱਕ ਤਾਂ ਇਹਨਾਂ ਦੀ ਕੁੱਟਮਾਰ ਕੀਤੀ, ਅਤੇ ਜਿਹੜਾ ਟਰੈਕਟਰ ਆ ਟਰੈਕਟਰ ਦੀ ਜਿਹੜੀ ਇਹਨਾਂ ਨੇ ਫੇਟ ਹੈ ਜਾਣ ਬੁੱਝ ਕੇ ਅਮਰੀਕ ਸਿੰਘ ਦੇ ਵਿੱਚ ਲਿਆ ਕੇ ਮਾਰਿਆ, ਜਿਸ ਕਰਕੇ ਉਹਨਾਂ ਨੂੰ ਲੱਤਾਂ ਵਿੱਚ ਇੰਜਰੀ ਹੋਈ ਹੈ। ਇਹਨਾਂ ਦਾ ਅਮਰੀਕ ਸਿੰਘ ਧਿਰ ਦਾ ਇਹ ਵੀ ਐਲੀਗੇਸ਼ਨ ਸੀਗਾ ਕਿ ਇਹਨਾਂ ਦੇ ਕਾਸਟ ਦੇ ਰਿਗਾਰਡਿੰਗ ਵੀ ਜਾਤੀ ਸੂਚਕ ਜਿਹੜੇ ਸ਼ਬਦ ਹੈ ਕਹੇ ਗਏ, ਜਿਸ ਸੰਬੰਧੀ ਉਹ ਪੜਤਾਲ ਕਰਕੇ ਠੀਕ ਹੈ ਜੀ, ਉਸ 'ਚ SC ST ਐਕਟ ਦਾ ਵਾਧਾ ਕੀਤਾ ਗਿਆ ਅਤੇ ਉਹਦੀ ਤਫਤੀਸ਼ ਚੱਲ ਰਹੀ ਹੈ ਜੀ।
सर हुण गुरदयाल सिंह का कहना है भी जिहड़े उहदे बंदे भी इंजर्ड होए ने उहदे बारे तुहाडा की कहना है? जिहड़े बंदे इंजर्ड होए है जी असीं इहनां नूं कहा है कि आके अपनी स्टेटमेंट कराओ, पर ये जिहड़ी इंजर्ड पार्टी ये एलीगेशन ला रही है उहनां वल्लों कोई कंप्लेंट साडे कोल हाले तक नहीं है। गुरदयाल कुटमार करनी नहीं है ਜਿਹੜੀ ਇਹ ਐਮ ਐਲ ਆਰ ਹੋਈ ਹੈ ਮਕੂਏ ਤੋਂ ਤਕਰੀਬਨ 15 ਘੰਟੇ ਬਾਅਦ ਹੀ ਇਹਨਾਂ ਨੇ ਐਮ ਐਲ ਆਰ ਅਗਲੇ ਦਿਨ ਜਾ ਕੇ ਕਰਾਈ ਹੈ। ਅੱਛਾ ਵੀ ਤੁਹਾਨੂੰ ਲੱਗਦਾ ਵੀ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ? ਤਫਤੀਸ਼ ਦਾ ਵਿਸ਼ਾ ਹੈ ਕਿ ਅਮਰੀਕ ਸਿੰਘ ਧਿਰ ਵੱਲੋਂ ਗੁਰਦਿਆਲ ਸਿੰਘ ਧਿਰ ਦੀ ਕੁੱਟਮਾਰ ਕੀਤੀ ਗਈ ਹੈ। ਮੈਂ ਤੁਹਾਨੂੰ ਇਨੀਸ਼ੀਅਲ ਸਟੇਜ ਦੀ ਗੱਲ ਦੱਸਦਾ। ਜ਼ਿਕਰਯੋਗ ਹੈ ਕਿ ਪੁਲਿਸ ਦੇ ਕੋਲ ਪੁਖਤਾ ਸਬੂਤ ਨਾ ਹੋਣ ਤੇ ਵੀ ਅਜਿਹੇ ਦੋਸ਼ ਲਗਾਏ ਜਾਣ ਦੀ ਗੱਲ ਪਿੰਡ ਵਾਸੀਆਂ ਦੇ ਵੱਲੋਂ ਕਹੀ ਜਾ ਰਹੀ ਹੈ, ਜਿਸ ਤੋਂ ਬਾਅਦ ਪਿੰਡ ਵਾਸੀ ਅਤੇ ਗੁਰਦਿਆਲ ਸਿੰਘ ਇਨਸਾਫ਼ ਦੀ ਮੰਗ ਕਰ ਰਹੇ ਨੇ। ਡੇਲੋ ਤੋਂ ਸੰਜੀਵ ਲਹਿਲ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।